ਸਾਹਿਬ ਜੀ ਸੀ ਆ ਭੁੱਲਰ ਰੋਡ 'ਤੇ ਮੈਂ ਰਹਿੰਦਾ ਜੀ ਅਤੇ ਮੈਂ ਘਰ ਨਹੀਂ ਹੈਗਾ ਅਤੇ ਮੇਰੇ ਬੱਚੇ ਨੂੰ ਸਰ ਮੇਰੀ ਮੰਮੀ ਦੇ ਕੋਲੋਂ 2:30 ਚੁੱਕ ਕੇ ਲੈ ਗਏ ਮੇਰੇ ਬੱਚੇ ਨੂੰ ਇੱਧਰ ਹੀ ਗਏ ਕੋਈ ਜੰਡਿਆਲੇ ਵਾਲੀ ਸਾਈਡ 'ਤੇ ਜੀ ਬੰਦੇ ਅਤੇ ਪੁਲਿਸ ਨੂੰ ਚਲੋ ਆ ਕੇ ਦੱਸਿਆ ਅਤੇ ਪੁਲਿਸ ਨੇ ਬੜੀ ਮਿਹਨਤ ਕਰਕੇ ਅਤੇ ਮੈਨੂੰ ਮੇਰਾ ਬੱਚਾ ਜਿਹੜਾ ਦਵਾਇਆ ਜੀ ਅਤੇ ਬਹੁਤ ਬਹੁਤ ਧੰਨਵਾਦ ਆ ਪੁਲਿਸ ਦਾ ਇਹਨਾਂ ਨੇ ਮਤਲਬ 24 ਘੰਟਿਆਂ ਦੇ ਵਿੱਚ ਮੇਰਾ ਬੱਚਾ ਜਿਹੜਾ ਲੱਭਤਾ ਜੀ ਹਾਂਜੀ ਚੁੱਕਿਆ ਇਹ ਜੇਲ੍ਹ 'ਚ ਆਇਆ ਪਰੋਲ 'ਤੇ ਛੁੱਟੀ 'ਤੇ ਜੀ ਅਤੇ ਮੇਰਾ ਜੇਲ੍ਹ ਦਾ ਵਾਕਫ ਸੀਗਾ ਅਤੇ ਕੋਲ ਪੈਸਿਆਂ ਦਾ ਸੀ ਸਾਡਾ ਥੋੜ੍ਹਾ ਬਹੁਤਾ ਲੈਣ ਦੇਣ ਉਹ ਹੈਗਾ ਸੀ 25-30 ਹਜ਼ਾਰ ਰੁਪਈਏ ਦਾ ਜੀ ਅਤੇ ਉਹਦੇ ਸੰਬੰਧ ਦੇ ਵਿੱਚ ਉਹ ਘਰ ਆਏ ਆ ਅਤੇ ਘਰੋਂ ਮੁੜ ਕੇ ਉਹ ਬੱਚੇ ਨੂੰ ਲੈ ਕੇ ਅਤੇ 2 ਲੱਖ ਰੁਪਈਏ ਦੀ ਡਿਮਾਂਡ ਕਰਦੇ ਸੀਗੇ ਅਤੇ ਚਲੋ ਪੁਲਿਸ ਨੇ ਆਪਣੇ ਹਿਸਾਬ ਦੇ ਨਾਲ ਚਲੋ ਬੱਚਾ ਜਿਹੜਾ ਮੇਰਾ ਲੱਭਤਾ ਜੀ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਦਾ ਕੁਛ ਹਾਲ ਵਗੈਰਾ ਕੋਈ ਖਾਇਆ ਨਹੀਂ ਜੀ ਘਰ ਮੰਮੀ ਸੀਗੀ ਅਤੇ ਧੱਕੇ ਭਲੱਕੇ ਦੇ ਕੇ ਅਤੇ ਇੱਕ ਤਰ੍ਹਾਂ ਲੈ ਗਏ ਚੁੱਕ ਕੇ ਕਿੱਦਾਂ ਦੀ ਗੱਲ ਹੈ ਇਹ ਹੈ ਅੱਜ ਤੋਂ 2 ਦਿਨ ਪਹਿਲਾਂ ਦੀ ਹੈ ਜੀ ਮਕਸਦ ਇਹ ਹੈ ਜੀ ਆਪਣੇ ਪਰਸੋਂ ਦੀ ਗੱਲ ਹੈ 31 ਤਰੀਕ ਨੂੰ ਸਵੇਰੇ 2:15-2:30 ਵਜੇ 112 'ਤੇ ਕਾਲ ਆਈ ਸੀਗੀ ਐਂਡ ਆਪਣੇ ਕੋਲ ਬੰਦਾ ਆਇਆ ਸੀਗਾ ਵਜ਼ੀਰ ਮਸੀਹ ਉਹਦੀ ਕੰਪਲੇਂਟ ਸੀਗੀ ਜੀ ਉਹਦਾ ਬੱਚਾ ਜਿਹੜਾ ਹੈ ਉਹ ਅਗਵਾ ਕਰਕੇ ਉਹਦੇ ਨਾਲ ਦਾ ਹੀ ਕੋਈ ਇੱਕ ਮੁੰਡਾ ਸੀਗਾ ਮਨਜਿੰਦਰ ਸਿੰਘ ਉਹ ਲੈ ਕੇ ਚੁੱਕ ਕੇ ਉਹਦੀ ਮਾਂ ਤੋਂ ਖੋ ਕੇ ਲੈ ਗਿਆ ਸੀਗਾ ਉਹ ਮਤਲਬ ਇਹਨਾਂ ਦਾ ਸੀਗਾ ਇਹ ਜੇਲ੍ਹ ਰਹੇ ਹੈ ਇਹ ਜਿਹੜਾ ਵਜ਼ੀਰ ਮਸੀਹ ਹੈ ਇਹ ਆਪਣੇ NDPS ਦਾ ਕੋਈ ਪਰਚਾ ਸੀਗਾ ਇਹਦੇ 'ਤੇ ਐਂਡ ਜਿਹੜਾ ਦੂਜਾ ਦੋਸ਼ੀ ਹੈ ਮਨਜਿੰਦਰ ਸਿੰਘ ਉਹਦੇ 'ਤੇ ਹੀਨੀਅਸ ਕ੍ਰਾਈਮ ਦੇ 2-3 ਪਰਚੇ ਹੈਗੇ ਇਹ ਅੰਮ੍ਰਿਤਸਰ ਜੇਲ੍ਹ ਇੱਕ ਸਾਥ ਸੀਗੇ ਉੱਥੇ ਇਹਨਾਂ ਦਾ ਕੁਛ ਲੈਣ ਦੇਣ ਸੀਗਾ 35,000 ਰੁਪਏ ਦਾ ਇਹਨੇ 2-3 ਵਾਰ ਪਹਿਲਾਂ ਮੰਗੇ ਸੀਗੇ ਪੈਸੇ ਇਸ ਤੋਂ ਐਂਡ ਉਹ ਪੈਸੇ ਕਿਉਂਕਿ ਇਹ ਵੀ ਦਿਹਾੜੀਦਾਰ ਬੰਦਾ ਹੈਗਾ ਇਸ ਤੋਂ ਅਰੇਂਜ ਨਹੀਂ ਹੋਏ ਉਹ ਰਾਤ ਇਹਦੇ ਕੋਲ ਰਹਿ ਕੇ ਸਵੇਰੇ ਜਦੋਂ ਇਹ ਸਬਜ਼ੀ ਵਾਸਤੇ ਚੱਲ ਗਿਆ ਸੀਗਾ ਘਰੋਂ ਤਾਂ ਪਿੱਛੇ 3 ਬੰਦੇ ਉਹਦੇ ਨਾਲ ਮਨਜਿੰਦਰ ਸਿੰਘ ਉਹ ਇਹਦੇ ਮਾਤਾ ਤੋਂ ਜਿਹੜਾ ਛੋਟਾ ਮੁੰਡਾ ਸੀਗਾ ਉਹਨੂੰ ਖੋ ਕੇ ਲੈ ਗਿਆ ਸੀ ਆਪਾਂ ਇਹਦੇ ਨੰਬਰ ਵਗੈਰਾ ਸਾਰੇ ਟਰੈਕਿੰਗ 'ਤੇ ਲਾ ਕੇ ਸ਼ਾਮ ਦੇ ਕਰੀਬ ਨੂੰ ਇਹਨੂੰ ਕਾਲ ਆਈ ਸੀਗੀ ਸਾਨੂੰ ਮੁਖਬਿਰ ਖਾਸ ਨੇ ਦੱਸਿਆ ਸੀਗਾ ਕਿ ਇਹ ਆਪਣੇ ਬੱਚੇ ਨਾਲ ਉਹਦੇ ਬੱਚੇ ਨਾਲ ਆਪਣੇ ਘਰ ਜੰਡਿਆਲਾ ਗੁਰੂ ਉੱਥੇ ਹੈਗਾ ਜਦੋਂ ਆਪਾਂ ਉੱਥੇ ਗਏ ਰੇਡ ਕੀਤੀ ਤਾਂ ਉੱਥੇ ਇਹ ਭੱਜ ਗਿਆ ਸੀਗਾ ਬੱਚਾ ਆਪਾਂ ਨੂੰ ਰਿਕਵਰ ਹੋਇਆ